हां जी बेटा ਸਾਡਾ ਜਿਹੜਾ ਫਰਸਟ ਟਾਪਿਕ ਆ ਇਹਦੇ ਵਿੱਚ ਉਹ ਟਾਪਿਕ ਸਾਡਾ ਵੈਬਸਾਈਟ ਆ ਤੇ ਉਹਦੀਆਂ ਟਾਈਪਸ ਵੀ ਵੈਬਸਾਈਟ ਕੀ ਹੁੰਦੀ ਆ ਤੇ ਉਹਦੀਆਂ ਕਿੰਨੀਆਂ ਟਾਈਪਸ ਹੁੰਦੀਆਂ ਫਰਸਟ ਟਾਪਿਕ ਚ ਆਪਾਂ ਆ ਚੀਜ਼ ਸਟੱਡੀ ਕਰਨੀ ਹੈ ਹੁਣ ਪਹਿਲਾਂ ਵੀ ਅਸੀਂ ਦੇਖਦੇ ਆਏ ਹਾਂ ਕਿ ਵੈਬਸਾਈਟ ਜਿਹੜੀ ਆ ਉਹਦਾ ਜਿਹੜਾ ਬੇਸਿਕ ਕੰਪੋਨੈਂਟ ਆ ਉਹ ਇੱਕ ਵੈਬ ਪੇਜ ਆ ਇਹ ਨੰਬਰ ਆਫ ਵੈਬ ਪੇजेस ਜਿਹੜੇ ਰਿਲੇਟਡ ਵੈਬ ਪੇजेस ਆ ਉਹ ਮਿਲ ਕੇ ਇੱਕ ਵੈਬਸਾਈਟ ਬਣਾਉਂਦੇ ਆ ਜਦੋਂ ਕਿੰਨੇ ਪੇजेस ਵੈਬ ਪੇजेस ਮਿਲ ਜਾਂਦੇ ਆ ਆਪਸ ਵਿੱਚ ਨੰਬਰ ਆਫ ਪੇजेस ਰਿਲੇਟਡ ਜਿਹੜੇ ਹੋਣਾ ਆਪਸ ਜਿਹਨਾਂ ਦਾ ਆਪਸ ਚ ਲਿੰਕ ਜਿਹੜੇ ਆਪਸ ਵਿੱਚ ਰਿਲੇਟਡ ਨੇ ਉਹ ਸਾਰੇ ਮਿਲ ਕੇ ਇੱਕ ਵੈਬਸਾਈਟ ਕ੍ਰੀਏਟ ਕਰ ਦਿੰਦੇ ਆ ਠੀਕ ਹੈ ਸਕੇ ਸਭ ਤੋਂ ਸਿੰਪਲੈਸਟ ਟਾਈਪ ਆਫ ਡਿਫੀਨੇਸ਼ਨ ਜਿਹੜੀ ਆ ਦੋ ਕਲੈਕਸ਼ਨ ਆਫ ਵੈਬ ਪੇजेस ਵਿਚ ਆ ਰਿਲੇਟਡ ਟੂ ਈਚ ਅਦਰ ਕੰਸਟੀਟਿਊਟਸ ਅ ਵੈਬਸਾਈਟ ਠੀਕ ਹੈ ਹੁਣ ਆਪਾਂ ਪਹਿਲਾਂ ਵੀ ਜਿਹੜੇ ਕਈ ਸਬਜੈਕਟਸ ਆਪਾਂ ਪੜ੍ਹੇ ਆ ਜਿੱਦਾਂ ਇੰਟਰਨੈਟ ਐਪਲੀਕੇਸ਼ਨਸ ਪੜ੍ਹਿਆ ਉਹਦੇ ਵਿੱਚ ਤੁਸੀਂ ਕਾਫੀ ਹੱਦ ਤੱਕ ਚੀਜ਼ਾਂ ਦੇਖੀਆਂ ਆ ਵੈਬਸਾਈਟ ਕੀ ਆ ਉਹਨੂੰ ਕਿੱਦਾਂ ਕ੍ਰੀਏਟ ਕੀਤਾ ਜਾਂਦਾ ਹੈ ਉਹਦੇ ਕੰਪੋਨੈਂਟਸ ਕਿਹੜੇ ਆ ਵੈਬਸਾਈਟ ਦੇ ਠੀਕ ਹੈ ਵੈਬਸਾਈਟ ਤੇ ਆਪਾਂ ਕਿਸ ਅਪਲੋਡ ਕਰ ਸਕਦੇ ਆ ਕਿਸ ਤਰ੍ਹਾਂ ਦਾ ਡਾਟਾ ਸ਼ੋਅ ਕਰ ਸਕਦੇ ਆ ਤੇ ਉਹਦੇ ਲਈ ਵੀ ਜਿੱਦਾਂ ਆਪਾਂ ਵੈਬਸਾਈਟ ਤੇ ਕਿਸੇ ਤਰ੍ਹਾਂ ਦਾ ਡਾਟਾ ਚਾਹੇ ਉਹ ਟੈਕਸਟ ਦੀ ਫਾਰਮ ਚ ਆ ਚਾਹੇ ਆਡੀਓ ਆ ਚਾਹੇ ਵੀਡੀਓ ਆ ਚਾਹੇ ਇਮੇਜ ਆ ਠੀਕ ਹੈ ਜੀ ਇਹਨੂੰ ਆਪਾਂ ਹਾਈਪਰਟੈਕਸਟ ਵੀ ਕਹਿ ਦਿੰਦੇ ਸੀ ਹੈਨਾ ਹਾਈਪਰਟੈਕਸਟ ੈਂਡਸ ਫੋਰ ਜਿੱਦਾਂ ਆਡੀਓ ਵੀਡੀਓ ਇਮੇਜਸ ਜੀਪ ਫਾਈਲਸ ਹੈਨਾ ਉਹ ਸਾਰੀਆਂ ਹਾਈਪਰਟੈਕਸਟ ਆਉਂਦੀਆਂ ਤੇ ਵੈਬਸਾਈਟ ਚ ਆਪਾਂ ਇਹਨੂੰ ਕਿਸੇ ਨੂੰ ਵੀ ਐਮਬੈਡ ਕਰ ਸਕਦੇ ਆ ਕੋਈ ਵੀ ਚੀਜ਼ ਆਪਾਂ ਵੈਬਸਾਈਟ ਦੇ ਉੱਪਰ ਪਾ ਸਕਦੇ ਆ ਚਾਹੇ ਉਹ ਟੈਕਸਟ ਦੀ ਫਾਰਮ ਚ ਆ ਚਾਹੇ ਆ ਚਾਹੇ ਉਹ ਵੀਡੀਓ ਦੀ ਫਾਰਮ ਚ ਹਰ ਚੀਜ਼ ਵੈਬਸਾਈਟ ਦੇ ਉੱਪਰ ਪੋਸਟ ਕੀਤੀ ਜਾ ਸਕਦੀ ਹੈ ਠੀਕ ਹੈ ਤੇ ਜਿਹੜਾ ਵੈਬਸਾਈਟ ਦਾ ਮੇਨ ਪੇਜ ਜਿਹੜਾ ਫਰੰਟ ਪੇ ਸਾਡੇ ਸਾਹਮਣੇ ਜਦੋਂ ਆਪਾਂ ਕੋਈ ਵੀ ਵੈਬਸਾਈਟ ਓਪਨ ਕਰਦੇ ਹਾਂ ਜਿਹੜਾ ਸਪੋਜ਼ ਮੈਂ ਲਿਖਿਆ google.com ਜਿਹੜਾ ਪੇਜ ਸਾਡੇ ਸਾਹਮਣੇ ਸਭ ਤੋਂ ਪਹਿਲਾਂ ਆ ਰਿਹਾ ਉਸ ਵੈਬਸਾਈਟ ਦਾ ਉਸ ਪੇਜ ਨੂੰ ਅਸੀਂ ਹੋਮ ਪੇਜ ਕਹਿੰਦੇ ਹਾਂ ਹੋਮ ਪੇਜ ਠੀਕ ਹੈ ਅੱਜ ਕੱਲ ਜਦੋਂ ਵੀ ਆਪਾਂ ਸਟਾਰਟਿੰਗ ਕਦੀ ਵੀ ਵੈਬਸਾਈਟ ਇੱਕ ਕ੍ਰੀਏਟ ਕਰਨੀ ਸ਼ੁਰੂ ਕਰਦੇ ਹਾਂ ਉਹਦੇ ਵਿੱਚ ਆਪਾਂ ਡਿਸਾਈਡ ਕਰਦੇ ਹਾਂ ਕਿ ਇਹਨਾਂ ਚੋਂ ਕਿਹੜਾ ਪੇਜ ਸਾਡਾ ਹੋਮ ਪੇਜ ਆਪ ਇਹ ਜੀ ਓਪਨ ਹੋਏਗਾ ਟੋਪੇ ਸਾਡਾ ਹੋਮ ਪੇਜ ਆ ਵੈਬਸਾਈਟ ਚ ਤੇ ਉਸ ਤੋਂ ਇਲਾਵਾ ਇੱਕ ਵਿੱਚ ਯੂਆਰਐਲ ਹੁੰਦਾ ਵੈਬਸਾਈਟ ਦਾ ਜਿਹਨੂੰ ਆਪਾਂ ਯੂਨੀਫਾਰਮ ਰਿਸੋਰਸ ਲੋਕੇਟਰ ਕਹਿੰਦੇ ਆਇਆ ਇਹ ਤੁਸੀਂ ਪਹਿਲਾਂ ਪੜਿਆ ਯੂਆਰਐਲ ਵੀ ਇਹਦਾ ਪੂਰਾ ਫਾਰਮੈਟ ਕੀ ਆ ਯੂਆਰਐਲ ਲਿਖਣ ਦਾ ਕੀ ਫਾਰਮੈਟ ਆ ਠੀਕ ਹੈ ਯੂਆਰਐਲ ਦਾ ਮਤਲਬ ਆ ਕਿ ਜਿਹੜੀ ਵੈਬਸਾਈਟ ਆ ਉਹਦੇ ਵਿੱਚ ਆਪਾਂ ਉਹਨੂੰ ਓਪਨ ਕਿੱਦਾਂ ਕਰਨਾ ਕਿਹੜੇ ਐਡਰੈਸ ਤੋਂ ਆਪਾਂ ਓਪਨ ਕਰਨਾ ਜਿੱਦਾਂ ਆਪਾਂ google.com ਲਿਖਦੇ ਆ ਯਾhoo.com ਲਿਖਦੇ ਆ facebook.com ਲਿਖਦੇ ਆ ਉਹ ਸਾਡੀ ਵੈਬਸਾਈਟ ਦਾ ਯੂਆਰਐਲ ਹੈ ਇਹ ਇੱਕ ਯੂਨੀਫਾਰਮ ਰਿਸੋਰਸ ਲੋਕੇਟਰ ਜਿਹਨੂੰ ਕਹ ਦਿੰਨੇ ਹੁਣ ਉਸ ਤੋਂ ਬਾਅਦ ਜੇ ਆਪਾਂ ਉਹਦੀ ਗੱਲ ਕਰੀਏ ਟਾਈਪਸ ਆਫ ਵੈਬਸਾਈਟ ਦੀ ਤੇ ਵੈਬਸਾਈਟ ਬੇਟਾ ਸਾਡੇ ਕੋਲ ਦੋ ਤਰ੍ਹਾਂ ਦੀ ਵੈਬਸਾਈਟ ਆ ਟੂ ਟਾਈਪਸ ਆਫ ਵੈਬਸਾਈਟ ਆ ਇੱਕ ਸਟੈਟਿਕ ਵੈਬਸਾਈਟ ਆ ਇੱਕ ਡਾਇਨਾਮਿਕ ਵੈਬਸਾਈਟ ਇਹ ਤੁਸੀਂ ਪਹਿਲਾਂ ਵੀ ਆਲਰੇਡੀ ਸੁਣਿਆ ਹੋਏਗਾ ਇਹਦੇ ਬਾਰੇ ਸਟੈਟਿਕ ਵੈਬਸਾਈਟ ਕਿਹੜੀ ਆ ਤੇ ਡਾਇਨਾਮਿਕ ਕਿਹੜੀ ਆ ਹੁਣ ਵਰਡਸ ਬੜਾ ਕੁਝ ਕਲੀਅਰ ਕਰਦੇ ਦੋਨੋਂ ਵਰਡਸ ਕਿ ਸਟੈਟਿਕ ਐਂਡ ਡਾਇਨਾਮਿਕ ਸਟੈਟਿਕ ਮੀਨਸ ਫਿਕਸ ਡਾਇਨਾਮਿਕ ਮੀਨਸ ਚੇਂਜਿੰਗ ਸਟੈਟਿਕ ਜਿਹਨੂੰ ਚੇਂਜ ਨਹੀਂ ਕੀਤਾ ਜਾ ਸਕਦਾ ਯੂਜ਼ਰ ਉਹਦੇ ਨਾਲ ਇੰਟਰੈਕਟ ਨਹੀਂ ਕਰ ਸਕਦਾ ਡਾਇਨਾਮਿਕ ਉਹ ਜਿਹਦੇ ਥਰੂ ਯੂਜ਼ਰ ਇੰਟਰੈਕਟ ਵੀ ਕਰ ਸਕਦਾ ਹੈ ਠੀਕ ਹੈ ਇਸਕੋ ਕਿ ਸਟੈਟਿਕਲੀ ਮਤਲਬ ਜਿਹੜਾ ਆਪਾਂ ਵੈਬ ਪੇਜ ਇੱਕ ਵਾਰ ਕ੍ਰੀਏਟ ਕਰ ਦਿੱਤਾ ਉਹਦੀ ਆਉਟਪੁੱਟ ਹਰ ਵਾਰ ਸਾਨੂੰ ਉਹੀ ਸ਼ੋ ਹੋਣੀ ਹੈ ਉਹ ਚੇਂਜ ਨਹੀਂ ਹੋ ਸਕਦੀ ਬਟ ਡਾਇਨਾਮਿਕ ਦਾ ਮਤਲਬ ਉਹ ਹਰ ਯੂਜ਼ਰ ਦੇ ਹਿਸਾਬ ਨਾਲ ਚੇਂਜ ਹੁੰਦੀ ਜਾਏਗੀ ਜਿਦਾ ਫੋਰ ਐਗਜ਼ਾਮਪਲ ਮੈਂ ਕਹਾਂ ਕਿ ਜਿਹੜੀ ਫੇਸਬੁੱਕ ਆ ਇੱਕ ਡਾਇਨਾਮਿਕ ਵੈਬਸਾਈਟ ਆ। ਉਹਦੇ ਵਿੱਚ ਹਰ ਯੂਜ਼ਰ ਆਪਣਾ ਲੌਗਇਨ ਆਈਡੀ ਕ੍ਰੀਏਟ ਕਰਦਾ ਹੈ। ਉਸ ਲੌਗਇਨ ਆਈਡੀ ਤੋਂ ਉਹ ਫੇਸਬੁੱਕ ਨੂੰ ਐਕਸੈਸ ਕਰਦਾ ਹੈ। ਠੀਕ ਹੈ? ਤੇ ਹਰ ਯੂਜ਼ਰ ਲਈ ਇੱਕ ਵੱਖਰੀ ਪ੍ਰੋਫਾਈਲ ਅਪਲੋਡ ਹਰ ਵਾਰ ਹੁੰਦੀ ਹੈ। ਆਪਾਂ ਜਦ ਰੀਫਰੈਸ਼ ਕਰਦੇ ਆ ਜਿਹੜੇ ਲੋਕਾਂ ਨੇ ਨਵੀਂ ਫੋਟੋ ਐਡ ਕੀਤੀ ਹੁੰਦੀ ਹੈ ਜਾਂ ਨਵਾਂ ਸਟੇਟਸ ਐਡ ਕੀਤਾ ਹੁੰਦਾ ਉਹ ਸਾਡੇ ਸਾਹਮਣੇ ਸਾਨੂੰ ਵਿਜ਼ੀਬਲ ਹੋ ਜਾਂਦਾ। ਜਿੰਨੀ ਵਾਰ ਆਪਾਂ ਖੋਲਦੇ ਆ ਸਾਨੂੰ ਨਵਾਂ ਕੋਈ ਕੰਟੈਂਟ ਉਹਦੇ ਉੱਪਰ ਨਹੀਂ ਆ ਰੰਦਾ। ਉਹ ਡਾਇਨਾਮਿਕ ਵੈਬਸਾਈਟ ਆ। ਸਟੈਟਿਕ ਜਿੱਦਾਂ ਮੈਂ ਸਪੋਜ਼ ਇੱਕ ਕੋਈ ਵੀ ਪੇਜ ਬਣਾ ਲਿਆ HTML 'ਚ ਉਸ ਪੇਜ 'ਤੇ ਕੁਝ ਟੈਕਸਟ ਲਿਖ ਦਿੱਤਾ ਕੋਈ ਫੋਟੋ ਲਾ ਦਿੱਤੀ ਉਹ ਪੇਜ ਚੇਂਜ ਨਹੀਂ ਹੋਣਾ ਮੈਂ ਚਾਹੇ ਉਹਨੂੰ 10 ਵਾਰ ਵੀ ਚੇਂਜ ਕਰਾਂਗਾ 10 ਵਾਰ ਵੀ ਖੋਲਾਂਗਾ ਉਸ ਪੇਜ ਨੂੰ ਉਹਨੇ ਐਜ਼ ਇਟ ਇਜ਼ ਉਦਾਂ ਦਾ ਹੀ ਰਹਿਣਾ ਠੀਕ ਹੈ ਐਸਕੋ ਕਿ ਸਟੈਟਿਕ ਦੇ ਵਿੱਚ ਵੈਬਸਾਈਟ ਦਾ ਕੰਟੈਂਟ ਚੇਂਜ ਨਹੀਂ ਹੁੰਦਾ ਪਰ ਡਾਇਨਾਮਿਕ 'ਚ ਜਿਹੜੀ ਵੈਬਸਾਈਟ ਆ ਉਹਦਾ ਕੰਟੈਂਟ ਜਿਹੜਾ ਉਹ ਚੇਂਜ ਹੁੰਦਾ ਹੈ ਟਾਈਮ ਟੂ ਟਾਈਮ ਜਿੱਦਾਂ ਆਪਾਂ ਬਾਰ-ਬਾਰ ਉਹਨੂੰ ਰੀਫਰੈਸ਼ ਕਰਦੇ ਹਾਂ ਬਾਰ-ਬਾਰ ਅਲੱਗ ਯੂਜ਼ਰ ਲੌਗਇਨ ਕਰੇਗਾ ਹਰ ਯੂਜ਼ਰ ਨੂੰ ਵੱਖਰਾ ਕੰਟੈਂਟ ਸ਼ੋ ਹੋਏਗਾ ਵੱਖਰਾ ਕੰਟੈਂਟ ਵਿਜ਼ੀ ਹਾਂਜੀ ਬੇਟਾ ਹਾਂਜੀ ਬੇਟਾ ਹੁਣ ਜਿਹੜੀ ਨੈਕਸਟ ਆਪਾਂ 1 ਬਾਈ 1 ਦੇਖਦੇ ਹਾਂ ਸਟੈਟਿਕ ਤੇ ਡਾਇਨਾਮਿਕ ਨੂੰ ਠੀਕ ਹੈ ਪਹਿਲਾਂ ਮੈਂ ਕਾਫੀ ਹੱਦ ਤੱਕ ਦੱਸ ਦਿੱਤਾ ਕਿ ਸਟੈਟਿਕ ਦੇ ਵਿੱਚ ਆਪਾਂ ਕਿਦਾਂ ਕੰਮ ਕਰਦੇ ਹਾਂ ਡਾਇਨਾਮਿਕ ਵਿੱਚ ਕਿਦਾਂ ਕੰਮ ਹੁੰਦਾ ਹੁਣ ਸਟੈਟਿਕ ਜਿਹੜਾ ਬੇਟਾ ਹੈਗਾ ਇਹਦੇ ਵਿੱਚ ਸਭ ਤੋਂ ਮੇਜਰ ਜਿਹੜਾ ਪੁਆਇੰਟ ਹੈਗਾ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਇਹਦੇ ਵਿੱਚ ਵੈਬਸਾਈਟ ਨਾਲ ਆਪਾਂ ਇੰਟਰੈਕਟ ਨਹੀਂ ਕਰਦੇ ਵੈਬਸਾਈਟ ਜਿਹੜਾ ਪੇਜ ਇੱਕ ਵਾਰੀ ਫਿਕਸ ਬਣ ਗਿਆ ਆਪਾਂ ਚਾਹੇ 10 ਵਾਰ ਉਹ ਪੇਜ ਓਪਨ ਕਰਕੇ ਦੇਖਾਂਗੇ ਸਾਨੂੰ ਉਹੀ ਪੇਜ ਉਹੀ ਕੰਟੈਂਟ ਨਜ਼ਰ ਆਏਗਾ ਕੰਟੈਂਟ ਦਾ ਚੇਂਜ ਨਹੀਂ ਹੋਣਾ ਉਸ ਕੇਸ ਦੇ ਵਿੱਚ ਠੀਕ ਹੈ ਹੁਣ ਸਭ ਤੋਂ ਸਿੰਪਲ ਜਿਹੜੀਆਂ ਸਟੈਟਿਕ ਵੈਬਸਾਈਟ ਹਨਾ ਉਹ HTML ਦੇ ਵਿੱਚ ਬਣਾਈਆਂ ਜਾਂਦੀਆਂ ਹਨ ਉਹਨਾਂ ਲਈ ਜਿਹੜੀ ਕੋਰ ਲੈਂਗੁਏਜ ਹੈ ਡਿਵੈਲਪਮੈਂਟ ਦੀ ਉਹ ਸਿਰਫ ਤੇ ਸਿਰਫ HTML ਐਸੀ ਕਿ ਆਪਾਂ ਕਹਿੰਦੇ ਹਾਂ ਨਾ ਜਿਹੜੀ HTML ਆ ਉਹ ਸਟੈਟਿਕ ਵੈਬਸਾਈਟ ਡਿਜ਼ਾਈਨ ਕਰਨ ਲਈ ਆਪਾਂ ਯੂਜ਼ ਕਰਦੇ ਹਾਂ ਉਹਦੇ ਥਰੂ ਆਪਾਂ ਡਾਇਨਾਮਿਕ ਵੈਬਸਾਈਟਸ ਦਾ ਵੀਊ ਨਹੀਂ ਦੇ ਸਕਦੇ HTML ਦੇ ਵਿੱਚ ਹੁਣ ਜੇ ਡਾਇਗਰਾਮੈਟਿਕਲੀ ਗੱਲ ਕਰੀਏ ਤੇ ਆ ਬੇਟਾ ਸਟੈਟਿਕ ਵੈਬਸਾਈਟ ਆ ਇੱਕ ਐਂਡ ਤੇ ਸਰਵਰ ਆ ਇੱਕ ਐਂਡ ਤੇ ਕਲਾਇੰਟ ਆ ਜਿਹਨੂੰ ਬ੍ਰਾਊਜ਼ਰ ਕਹ ਦਿੰਨੇ ਆ ਠੀਕ ਐ ਕਲਾਇੰਟ ਰਿਕੁਐਸਟ ਕਰਦਾ ਤੇ ਸਰਵਰ ਉਹਨੂੰ ਡਾਟਾ ਰਿਟਰਨ ਕਰਦਾ ਠੀਕ ਐ ਇਹਦੇ ਵਿੱਚ ਬੇਟਾ ਕਿਸੇ ਤਰ੍ਹਾਂ ਦਾ ਕੋਈ ਡਾਟਾਬੇਸ ਨਹੀਂ ਹੁੰਦਾ ਜਿਹੜੀ ਸਟੈਟਿਕ ਵੈਬਸਾਈਟ ਆ ਸਭ ਤੋਂ ਇੰਪੋਰਟੈਂਟ ਪੁਆਇੰਟ ਇਹਦੇ ਵਿੱਚ ਆਪਾਂ ਡਾਟਾਬੇਸ ਲੈਵਲ ਤੇ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਦੇ ਇਹਦੇ ਵਿੱਚ ਨਾ ਹੀ ਕਲਾਇੰਟ ਤੇ ਸਰਵਰ ਦੇ ਵਿੱਚਕਾਰ ਕਿਸੇ ਤਰ੍ਹਾਂ ਦਾ ਕੋਈ ਡਾਟਾਬੇਸ ਹੁੰਦਾ ਠੀਕ ਆ ਜਿੰਦਾ ਫੇਸਬੁੱਕ ਆਪਾਂ ਚਲਾਉਂਦੇ ਫੇਸਬੁੱਕ ਚ ਸਾਡੀ ਜਿਹੜੀ ਪ੍ਰੋਫਾਈਲ ਸਾਰੀ ਆ ਉਹ ਇੱਕ ਡਾਟਾਬੇਸ ਦੇ ਵਿੱਚ ਸਟੋਰ ਆ ਆਪਾਂ ਜਦੋਂ ਕੋਈ ਰਿਕੁਐਸਟ ਭੇਜਦੇ ਆ ਆਪਾਂ ਲੌਗਇਨ ਕਰਦੇ ਆ ਜਿੱਦਾਂ ਫਾਰ ਐਗਜ਼ਾਮਪਲ ਤੇ ਲੌਗਇਨ ਆਪਾਂ ਯੂਜ਼ਰ ਆਈਡੀ ਪਾਸਵਰਡ ਫਿਲ ਕਰ ਰਹੇ ਆ ਪਰ ਉਹ ਯੂਜ਼ਰ ਆਈਡੀ ਪਾਸਵਰਡ ਸਭ ਤੋਂ ਪਹਿਲਾਂ ਉਹ ਟੈਲੀ ਕਰਦਾ ਉਹਨੂੰ ਜਾ ਕੇ ਡਾਟਾਬੇਸ ਚੋਂ ਕਿ ਯੂਜ਼ਰ ਆਈਡੀ ਬੰਦੇ ਦੀ ਇਹੀ ਆ ਪਾਸਵਰਡ ਇਹੀ ਆ ਜੇ ਆਪਾਂ ਪਾਸਵਰਡ ਗਲਤ ਫਿਲ ਕਰ ਦਈਏ ਉਹ ਤੁਹਾਨੂੰ ਦੱਸ ਦਿੰਦਾ ਤੁਹਾਡਾ ਪਾਸਵਰਡ ਸਹੀ ਨਹੀਂ ਹੈਗਾ ਤੇ ਸਾਡਾ ਲੌਗਇਨ ਨਹੀਂ ਹੁੰਦਾ ਉਸ ਕੇਸ ਚ ਠੀਕ ਹੈ ਉਹਦੇ ਵਿੱਚ ਕਲਾਈਂਟ ਤੇ ਸਰਵਰ ਦੋਨੋਂ ਐਂਡ ਦੇ ਵਿੱਚ ਇੱਕ ਡਾ ਸਟੈਟਿਕ ਵੈਬਸਾਈਟ 'ਚ ਕਿਸੇ ਤਰ੍ਹਾਂ ਦਾ ਕੋਈ ਡਾਟਾਬੇਸ ਨਹੀਂਗਾ ਡਾਇਰੈਕਟਲੀ ਕਲਾਈਐਂਟ ਤੇ ਸਰਵਰ 'ਚ ਆਪਸ ਦੇ ਵਿੱਚ ਕਨੈਕਸ਼ਨ ਆਉਣਾ ਦੋਨਾਂ ਦਾ ਤੇ ਵਾਂਸ ਜਿਹੜਾ ਡਾਟਾ ਇੱਕ ਵਾਰੀ ਵੈਬਸਾਈਟ ਤੇ ਬਣਾ ਦਿੱਤਾ ਗਿਆ ਉਹਨੂੰ ਜਦ ਤੱਕ ਅਸੀਂ ਆਪ ਨਹੀਂ ਚੇਂਜ ਕਰਦੇ ਜਾ ਕੇ ਜਿਵੇਂ ਸੁਪੋਧ ਇੱਕ ਫੋਟੋ ਲਾ ਦਿੱਤੀ ਕੰਪਿਊਟਰ ਦੀ ਜਦ ਤੱਕ ਮੈਂ ਕੰਪਿਊਟਰ ਦੀ ਜਗ੍ਹਾ ਤੇ ਜਾ ਕੇ ਕੋਈ ਹੋਰ ਫੋਟੋ ਨਹੀਂ ਲਾਂਦਾ ਮੈਂ ਮੰਨ ਲਓ ਕੀਬੋਰਡ ਦੀ ਫੋਟੋ ਲਾਉਣਾ ਚਾਹੁੰਦਾ ਤੇ ਮੈਂ ਆਪ ਮੈਨੂਲੀ ਜਾ ਕੇ HTML ਦੇ ਕੋਡ ਦੇ ਵਿੱਚ ਜਦ ਤੱਕ ਉਹ ਫੋਟੋ ਨਹੀਂ ਚੇਂਜ ਕਰਾਂਗਾ ਉਹ ਫੋਟੋ ਚੇਂਜ ਨਹੀਂ ਹੋਏਗੀ ਆ ਸਟੈਟਿਕ ਵੈਬਸਾਈਟ ਹੈ ਪਰ ਡਾਇਨਾਮਿਕ 'ਚ ਬੇਟਾ ਡਾਟਾਬੇਸ ਦਾ 100% ਰੋਲ ਹੈ ਹੁਣ ਜੇ ਧਿਆਨ ਨਾਲ ਦੇਖਾਂਗੇ ਤੇ ਡਾਇਨਾਮਿਕ 'ਚ ਬੇਟਾ ਜਿਹੜੀ ਵੈਬਸਾਈਟ ਆ ਉਹਦੇ ਵਿੱਚ ਕਲਾਇੰਟ ਤੇ ਸਰਵਰ ਦੋਨਾਂ ਦੇ ਵਿੱਚਕਾਰ ਇੱਕ ਡਾਟਾਬੇਸ ਆ ਹੈਨਾ ਜਦੋਂ ਵੀ ਥੈਂਟਿਸਿਟੀ ਹੋਏਗੀ ਪਹਿਲਾਂ ਰਿਜ਼ਲਟ ਡਾਟਾਬੇਸ ਕੋ ਆਏਗਾ ਫੇਰ ਡਾਟਾਬੇਸ ਤੋਂ ਕਲਾਇੰਟ ਨੂੰ ਜਾਂ ਬ੍ਰਾਊਜ਼ਰ ਨੂੰ ਕਿਉਂਕਿ ਕਲਾਇੰਟ ਆਪਾਂ ਬ੍ਰਾਊਜ਼ਰ ਥਰੂ ਹੀ ਐਕਸੈਸ ਕਰ ਰਹੇ ਹਾਂ ਉਹਨੂੰ ਰਿਟਰਨ ਹੋਏਗਾ ਠੀਕ ਹੈ ਅੱਜ ਕਾ ਕੇ ਮੇਜਰ ਡਿਫਰੈਂਸਿਸ ਆਈ ਥਿੰਕ ਤੁਹਾਨੂੰ ਪਤਾ ਲੱਗ ਗਿਆ ਕਿ ਮੇਜਰ ਕੀ ਆ ਸਟੈਟਿਕ ਵੈਬਸਾਈਟ ਕਿਹੜੀ ਆ ਤੇ ਡਾਇਨਾਮਿਕ ਕਿਹੜੀ ਆ ਸਟੈਟਿਕ ਚ ਕਿਸੇ ਤਰ੍ਹਾਂ ਦਾ ਕੋਈ ਡਾਟਾਬੇਸ ਦਾ ਰੋਲ ਨਹੀਂ ਹੈਗਾ ਆਪਾਂ ਡਾਟਾਬੇਸ ਯੂਜ਼ ਨਹੀਂ ਕਰਦੇ ਪਰ ਡਾਇਨਾਮਿਕ ਵੈਬਸਾਈਟ ਚ ਆਪਾਂ ਡਾਟਾਬੇਸ ਦਾ ਕਨਸੈਪਟ ਯੂਜ਼ ਕਰਦੇ ਆ ਉਹਦੇ ਵਿੱਚ ਕਲਾਇੰਟ ਤੇ ਸਰਵਰ ਦੋਨਾਂ ਦੇ ਵਿੱਚਕਾਰ ਇੱਕ ਡਾਟਾਬੇਸ ਕੰਮ ਕਰਦਾ ਠੀਕ ਹੈ ਹਾਂਜੀ ਬੇਟਾ ਹੁਣ ਨੈਕਸਟ ਡਿਫਰੈਂਸ ਯਾਦ ਉਹਨਾਂ ਦੇ ਵਿੱਚ ਸਟੈਟਿਕ ਤੇ ਡਾਇਨਾਮਿਕ ਵੈਰੀ ਵੈਰੀ ਇੰਪੋਰਟੈਂਟ ਪੇਪਰ ਦੇ ਵਿੱਚ ਡਿਫਰੈਂਸ ਪੁੱਛਿਆ ਕੀ ਸਟੈਟਿਕ ਤੇ ਡਾਇਨਾਮਿਕ ਵੈਬਸਾਈਟ ਚ ਕੀ ਡਿਫਰੈਂਸਿਸ ਨੇ ਇੱਕ ਤਾਂ ਥਿਓਰੈਟਿਕਲ ਪਾਰਟ ਹੋ ਗਿਆ ਜਿਹੜਾ ਆਪਾਂ ਥਿਊਰੀ ਚ ਲਿਖਦੇ ਆ ਸਟੈਟਿਕ ਵੈਬਸਾਈਟ ਆਏ ਡਾਇਨਾਮਿਕ ਆਏ ਹੈ ਨਾ ਹੁਣ ਦੋਨਾਂ ਚ ਮੇਜਰ ਪੁਆਇੰਟਸ ਆਫ ਡਿਫਰੈਂਸਿਸ ਕੀ ਨੇ ਹੁਣ ਪਹਿਲਾ ਪੁਆਇੰਟ ਉਹੀ ਆ ਸਟੈਟਿਕ ਦੇ ਵਿੱਚ ਜਿੱਦਾਂ ਬਕਨੇ ਪ੍ਰੀ ਬਿਲਟ ਕੰਟੈਂਟ ਆ ਇਹਦੇ ਵਿੱਚ ਜਿਦਾਂ ਮੈਂ ਪਹਿਲਾਂ ਵੀ ਕਹਿ ਰਿਹਾ ਵਨਸ ਇੱਕ ਵਾਰ ਪੇਜ ਨੂੰ HTML ਦੇ ਵਿੱਚ ਲਿਖ ਲਿਆ ਉਹ ਪ੍ਰੀ ਬਿਲਟ ਹੋ ਗਿਆ ਤੁਸੀਂ ਚਾਹੇ 10 ਵਾਰ ਉਹ ਪੇਜ ਨੂੰ ਖੋਲੋਗੇ ਉਹ ਪੇਜ ਐਜ਼ ਇਟ ਇਜ਼ ਉਦਾਂ ਹੀ ਸ਼ੋ ਹੋਏਗਾ ਉਹਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਚੇਂਜੇਸ ਕੰਟੈਂਟ ਜਿਹੜਾ ਉਹ ਪ੍ਰੀ ਬਿਲਟ ਨਹੀਂਗਾ ਉਹ ਚੇਂਜਿੰਗ ਆ ਉਹ ਹਰ ਵਾਰ ਚੇਂਜ ਹੋਏਗਾ ਜਿਵੇਂ ਫਸਟ ਟਾਈਮ ਲੌਗ ਇਨ ਕਰਾਂਗਾ ਕੰਟੈਂਟ ਕੁਝ ਹੋ ਰਾਏਗਾ ਸੈਕਿੰਡ ਟਾਈਮ ਕਰਾਂਗਾ ਕੰਟੈਂਟ ਕੁਝ ਹੋ ਰਾਏਗਾ ਠੀਕ ਹੈ ਐਸ ਕਰਕੇ ਕੰਟੈਂਟ ਜਿਹੜੀ ਕੁਇਕਲੀ ਚੇਂਜਿੰਗ ਜਿਹੜਾ ਕੰਟੈਂਟ ਆ ਉਹਦੇ ਲਈ ਬਈਟਾ ਲੈਂਗੁਏਜਸ ਵੀ ਡਿਫਰੈਂਟ ਨੇ ਜਿੱਦਾਂ ਮੈਂ ਕਹਿ ਰਿਹਾ ਸਟੈਟਿਕ ਵੈਬਸਾਈਟ ਦੇ ਵਿੱਚ ਲੈਂਗੁਏਜ ਜਿਹੜੀ ਆਪਾਂ ਯੂਜ਼ ਕਰ ਰਹੇ ਹਾਂ ਐਚਟੀਐਮਐਲ ਲੈਂਗੁਏਜ ਆ ਠੀਕ ਹੈ ਕਿਉਂਕਿ ਸਟੈਟਿਕ ਕੰਟੈਂਟ ਲਈ ਆਪਾਂ ਐਚਟੀਐਮਐਲ ਨੂੰ ਹੀ ਯੂਜ਼ ਕਰਦੇ ਹਾਂ ਤੇ ਐਸ ਕਰਕੇ ਇਹਦੇ ਵਿੱਚ ਅੱਜਕੱਲ੍ਹ ਦੀ ਸਟੈਟਿਕ ਵੈਬਸਾਈਟ ਜਿਹੜੀ ਡਿਜ਼ਾਈਨ ਕੀਤੀਆਂ ਜਾਂਦੀਆਂ ਉਸ ਲਈ ਬੇਟਾ HTML ਲੈਂਗੁਏਜ ਯੂਜ਼ ਕੀਤੀ ਜਾਂਦੀ ਹੈ ਪਰ ਡਾਇਨਾਮਿਕ ਲਈ ਸਾਨੂੰ ਜਿਹੜੀਆਂ ਐਡਵਾਂਸ ਲੈਂਗੁਏਜਸ ਆ ਜਿਦਾ PHP ਆ ASP.NET ਆ ਠੀਕ ਹੈ ਆਪਾਂ ਇਹਨਾਂ ਲੈਂਗੁਏਜਸ ਤੇ ਕੰਮ ਕਰਦੇ ਹਾਂ ਸਵਾਲਟ ASP.NET JSP ਠੀਕ ਹੈ ਜਿਹੜੀਆਂ ਸਰਵਰ ਸਾਈਡ ਸਕ੍ਰਿਪਟ ਨੂੰ ਹੈਂਡਲ ਕਰਦੀਆਂ ਐਕਚੁਅਲੀ HTML ਜਿਹੜੀ ਆ ਉਹ ਕਲਾਈਂਡ ਸਾਈਡ ਸਕ੍ਰਿਪਟਿੰਗ ਆ ਉਹ ਸਰਵਰ ਸਾਈਡ ਸਕ੍ਰਿਪਟ ਤੇ ਕੰਮ ਨਹੀਂ ਕਰਦੀ ਠੀਕ ਹੈ ਜਦੋਂ ਅਸੀਂ ਡਾਇਨਾਮਿਕ ਵੈਬਸਾਈਟ ਦੇ ਲੈਵਲ ਤੇ ਕੰਮ ਕਰਨਾ ਉਸ ਵੇਲੇ ਸਾਨੂੰ ਸਰਵਰ ਸਾਈਡ ਸਕ੍ਰਿਪਟਿੰਗ ਤੇ ਕੰਮ ਕਰਨਾ ਪੈਣਾ ਹੈ ਠੀਕ ਹੈ ਐਸ ਤਰ੍ਹਾਂ ਕਿ ਉਹਦੇ ਲਈ ਲੈਂਗੁਏਜਸ ਆਪਾਂ HTML ਨਹੀਂ ਯੂਜ਼ ਕਰਦੇ ਆਪਾਂ HTML ਤੋਂ ਬਾਹਰ ਹੋ ਜਾਂਦੇ ਹਾਂ ਉਸ ਵੇਲੇ ਆਪਾਂ CSS ਤੇ ਕੰਮ ਕਰਦੇ ਹਾਂ ਆਪਾਂ PHP ਤੇ ਕੰਮ ਕਰਦੇ ਹਾਂ ਸੋਬਲੇਟ ਤੇ ਕਨਸੈਪਟ ਤੇ ਕੰਮ ਕਰਦੇ ਹਾਂ .NET ਤੇ ਕੰਮ ਕਰਦੇ ਹਾਂ ਪੋਸਿਬਲੀ ਠੀਕ ਹੈ ਐਸ ਤਰ੍ਹਾਂ ਕਿ ਦੋਨੋਂ ਤਰ੍ਹਾਂ ਦੀਆਂ ਵੈਬਸਾਈਟ ਬਣਾਉਣ ਲਈ ਜਿਹੜੀ ਲੈਂਗੁਏਜਸ ਆ ਉਹ ਡਿਫਰੈਂਟ ਨੇ ਸਾਡੇ ਕੋਲ ਠੀਕ ਹੈ ਉਸ ਤੋਂ ਬਾਅਦ 3rd ਪੁਆਇੰਟ ਇਟਸ ਐਂਡ ਐਗਜ਼ੈਕਟਲੀ ਦਾ ਸੇਮ ਰਿਸਪੌਂਸ ਫਾਰ ਐਵਰੀ ਰਿਕੁਐਸਟ ਜਿਦਾ ਮੈਂ ਪਹਿਲਾਂ ਵੀ ਕਹਿ ਰਿਹਾ ਚਾਹੇ ਮੈਂ ਇੱਕ ਵਾਰ ਵੈਬਸਾਈਟ ਖੋਲ ਰਿਹਾ ਚਾਹੇ 10 ਵਾਰ ਖੋਲ ਰਿਹਾ ਹਰ ਵਾਰ ਕੰਟੈਂਟ ਤੁਹਾਨੂੰ ਸੇਮ ਹੀ ਨਜ਼ਰ ਆਣਾ ਪਰ ਇਹਦੇ ਵਿੱਚ ਡਿਫਰੈਂਟ ਕੰਟੈਂਟ ਹਰ ਵਾਰ ਹੈ ਡਿਫਰੈਂਟ HTML ਫਾਰ ਈਚ ਆਫ ਦੈ ਰਿਕੁਐਸਟ ਜਿਵੇਂ ਮੈਂ ਫਸਟ ਟਾਈਮ ਮੰਨ ਲਓ ਫੇਸਬੁਕ ਓਪਨ ਕੀਤੀ ਹੈ ਕੋਸ਼ ઓ ਡਾਟਾ ਮੈਨੂੰ ਵਿਜ਼ੀਬਲ ਹੋ ਰਿਹਾ ਮੈਂ ਉਸ ਤੋਂ ਬਾਅਦ ਮੰਨ ਲਓ 5 ਮਿੰਟ ਬਾਅਦ ਦੇਖਾਂਗਾ ਕਈ ਚੀਜ਼ਾਂ ਨਵੀਆਂ ਐਡ ਹੋ ਜਾਣਗੀਆਂ ਕਈ ਬੰਦੇ ਨਵੇਂ ਸਟੇਟਸ ਅਪਡੇਟ ਪਾ ਰਹੇ ਆ ਉਹ ਮੈ ਇਹ ਪੁਆਇੰਟ सेम ही है फर्स्ट ਉਸ ਤੋਂ ਬਾਅਦ ਕੰਟੈਂਟ ਕਦੋਂ ਚੇਂਜ ਹੋਏਗਾ ਸਟੈਟਿਕ ਦੇ ਵਿੱਚ ਕੰਟੈਂਟ ਸਟੈਟਿਕ ਚ ਤਾਂ ਹੀ ਚੇਂਜ ਹੋਏਗਾ ਜੇ ਮੈਂ ਕੰਟੈਂਟ ਚੇਂਜ ਕਰਾਂਗਾ ਤੇ ਜੇ ਮੈਂ ਸੁਪੋਜ਼ ਮੈਂ HTML ਚ ਪੇਜ ਬਣਾਇਆ ਜੇ ਮੈਂ ਫੋਟੋ ਚੇਂਜ ਕਰਨਾ ਚਾਹਨਾ ਜਾਂ ਟੈਕਸਟ ਚੇਂਜ ਕਰਨਾ ਚਾਹਨਾ ਉਹ ਮੈਂ ਉਹਦੇ ਕੋਡ ਚ ਜਾ ਕੇ HTML ਚ ਚੇਂਜ ਕਰਾਂਗਾ ਉਹ ਤਾਂ ਹੀ ਚੇਂਜ ਹੋਏਗਾ ਠੀਕ ਹੈ ਆਦਰਵਾਇਜ਼ ਨਹੀਂ ਉਹ ਚੇਂਜ ਹੋਏਗਾ ਪਰ ਡਾਇਨਾਮਿਕ ਜੋ ਕੰਟੈਂਟ ਆਟੋਮੈਟਿਕਲੀ ਹਰ ਵਾਰ ਚੇਂਜ ਹੋਏਗਾ ਜਦੋਂ ਜਦੋਂ ਮੈਂ ਜਦੋਂ ਵੀ ਮੈਂ ਉਹਨੂੰ ਰੀਫਰੈਸ਼ ਕਰਾਂਗਾ ਵੈਬਸਾਈਟ ਨੂੰ ਠੀਕ ਹੈ ਉਸ ਤੋਂ ਬਾਅਦ ਸਟੈਟਿਕ ਚ ਮੇਨ ਐਡਵਾਂਟੇਜ ਕੀ ਹੈ ਸਾਨੂੰ ਫਲੈਕਸੀਬਿਲਟੀ ਠੀਕ ਹੈ ਸਟੈਟਿਕ ਜਿਹੜੀ ਵੈਬਸਾਈਟ ਆ ਫਲੈਕਸੀਬਲ ਆ ਉਹਨੂੰ ਮੈਂ ਆਪਣੇ ਹਿਸਾਬ ਨਾਲ ਮੋਡੀਫਾਈ ਕਰ ਸਕਦਾ ਆਪਣੇ ਹਿਸਾਬ ਨਾਲ ਚੇਂਜ ਕਰ ਸਕਦਾ ਹਾਂ ਫਲੈਕਸੀਬਿਲਟੀ ਆ ਪਰ ਡਾਇਨਾਮਿਕ ਚ ਕੀ ਹੈ ਸੀਐਮਐਸ ਵੈਰੀ ਇੰਪੋਰਟੈਂਟ ਕੰਟੈਂਟ ਮੈਨੇਜਮੈਂਟ ਸਿਸਟਮ ਹੁਣ ਹਰ ਡਾਇਨਾਮਿਕ ਵੈਬਸਾਈਟ ਨੂੰ ਕੋਈ ਨਾ ਕੋਈ ਸੀਐਮਐਸ ਮੈਨੇਜ ਕਰਦਾ ਹੈ ਠੀਕ ਹੈ ਜਿਦਾ ਬੜੇ ਸੀਐਮਐਸ ਸਾਡੇ ਕੋਲ ਡਰੂਪਲ ਆ ਹੈ ਨਾ ਪੀਸ ਉਹ ਇੱਕ ਕੰਟੈਂਟ ਮੈਨੇਜਮੈਂਟ ਸਿਸਟਮ ਆ ਜਿਹਦੀ ਸਾਨੂੰ ਲੋੜ ਪੈਂਦੀ ਹੈ ਜਦੋਂ ਵੀ ਆਪਾਂ ਕਿਸੇ ਵੀ ਵੈਬਸਾਈਟ ਨੂੰ ਮੈਨੇਜ ਕਰਨਾ ਚਾਹੁੰਦੇ ਆ ਵਰਡਪ੍ਰੈਸ ਆ ਠੀਕ ਹੈ ਵਰਡਪ੍ਰੈਸ ਵੀ ਇੱਕ ਸੀਐਮਐਸ ਆ ਠੀਕ ਹੈ ਕਿਹੇ ਤਰ੍ਹਾਂ ਦੇ ਵੀ ਸੀਐਮਐਸ ਦੀ ਸਾਨੂੰ ਲੋੜ ਪੈਗੀ ਜਦੋਂ ਵੀ ਮੈਂ ਡਾਇਨਾਮਿਕ ਵੈਬਸਾਈਟ ਨੂੰ ਮੈਨੇਜ ਕਰਨਾ ਚਾਹੁੰਦਾ ਠੀਕ ਹੈ ਉਸ ਤੋਂ ਬਾਅਦ ਕੁਝ ਪੁਆਇੰਟ ਆਫ ਡਿਫਰੈਂਸ ਅੱਗੇ ਫੇਰ ਆ ਸਟੈਟਿਕ ਚੋਂ ਕੰਟੈਂਟ ਆਫ ਵੈਬ ਪੇजेस ਕੈਨੋਟ ਬੀ ਚੇਂਜਡ ਐਟ ਰਨ ਟਾਈਮ ਇਹ ਪਹਿਲਾਂ ਵੀ ਆਪਾਂ ਪੜਿਆ ਹੈ can be changed theek hai fir us to baad database jeda main pehla vi kiah si no interaction with database possible in case of static website pehla vi main dassia pe static de vich kise tarah da koi database nahi hunda dynamic sari database de naal interaction hundi hai theek hai us to baad static website fast hundiyan ne hamesha obviously fast load hon giya je database da concept vich nahi hega kyunki ਡਾਇਨਾਮਿਕ ਸਾਨੂੰ ਫਸਟ ਆਫ 올 ਡਾਟਾਬੇਸ ਦੇ ਨਾਲ ਇੰਟਰੈਕਟ ਕਰਨਾ ਪੈਂਦਾ ਫਿਰ ਸਾਨੂੰ ਰਿਜ਼ਲਟ ਰਿਟਰਨ ਕੀਤਾ ਜਾਂਦਾ ਸਟੈਟਿਕ ਡਾਇਰੈਕਟਲੀ ਇੰਟਰੈਕਸ਼ਨ ਆ ਕਲਾਇੰਟ ਤੇ ਸਰਵਰ ਦੇ ਵਿੱਚ ਵਿਚਕਾਰ ਕੋਈ ਡਾਟਾਬੇਸ ਨਹੀਂਗਾ ਐਸ ਕਰਕੇ ਸਟੈਟਿਕ ਫਾਸਟ ਲੋਡ ਹੁੰਦੀਆਂ ਤੇ ਡਾਇਨਾਮਿਕ ਜਿਹੜੀਆਂ ਉਹ ਲੋਡ ਸਲੋਲੀ ਹੁੰਦੀਆਂ ਠੀਕ ਹੈ ਉਸ ਤੋਂ ਬਾਅਦ ਸਟੈਟਿਕ ਜਿਹੜੀ ਡਿਵੈਲਪਮੈਂਟ ਕੋਸਟ ਆ ਉਹ ਚੀਪ ਆ ਸਸਤਾ ਹੈ ਉਹਨੂੰ ਡਿਵੈਲਪ ਕਰਨਾ ਡਾਇਨਾਮਿਕ ਨੂੰ ਡਿਵੈਲਪ ਕਰਨਾ ਕੋਸਟਲੀ ਆ ਜ਼ਿਆਦਾ ਕਿਉਂਕਿ ਉਹਦੇ ਵਿੱਚ ਕਾਫੀ ਲੈਵਲ ਤੇ ਕੰਮ ਆ ਐਡਵਾਂਸ ਲੈਂਗੁਏਜਸ ਆ ਐਡਵਾਂਸ ਡਿਵੈਲਪਰਸ ਚਾਹੀਦੇ ਆ CMS ਚਾਹੀਦਾ ਏ ਕੋਨੂੰ ਮੈਨੇਜ ਕਰਨ ਲਈ ਸਾਰੀ ਵੈਬਸਾਈਟ ਨੂੰ ਐਸ ਕਰਕੇ ਉਹਦੇ ਵਿੱਚ ਜਿਹੜੀ ਡਿਵੈਲਪਮੈਂਟ ਪੋਸਟ ਵੈਬਸਾਈਟ ਦੀ ਆ ਉਹ ਵੱਧ ਜਾਂਦੀ ਹੈ ਠੀਕ ਹੈ ਉਸ ਤੋਂ ਬਾਅਦ ਉਹੀ ਆ ਗਿਆ ਨੋ ਫੀਚਰ ਆਫ ਕੰਟੈਂਟ ਮੈਨੇਜਮੈਂਟ ਸਿਸਟਮ ਇਹਦੇ ਵਿੱਚ CMS ਨਹੀਂ ਹੈਗਾ ਇਹਦੇ ਵਿੱਚ CMS ਹੈਗਾ ਠੀਕ ਹੈ ਸਟੈਟਿਕ ਨੂੰ ਚਲਾਉਣ ਲਈ ਸਾਡੇ ਕੋਲ ਜਿਹੜੀਆਂ ਲੈਂਗੁਏਜਸ ਆ HTML ਆ CSS ਆ JavaScript ਆ ਇਹਨਾਂ ਥਰੂ ਆਪ ਸਟੈਟਿਕ ਵੈਬਸਾਈਟ ਡਿਵੈਲਪ ਕਰ ਸਕਦੇ ਹਾਂ ਡਾਇਨਾਮਿਕ ਲਾਈਸਡ ਲੈਂਗੁਏਜਸ ਜਿਹੜੀਆਂ PHP ਆ ਆ ਜਿਹੜੀਆਂ ਲਿਖੀਆਂ ਗਈਆਂ ASP.NET ਆ Node.js ਆ Angular.js ਆ ਬੜੀਆਂ ਵੈਬਸਾਈਟਸ ਜਿਹੜੀਆਂ ਨਵੀਆਂ ਲੈਂਗੁਏਜਸ ਆ ਇਹ ਸਾਰੀਆਂ ਆਪਾਂ ਡਾਇਨਾਮਿਕ ਨੂੰ ਚਲਾਣ ਲਈ ਆਪਾਂ ਯੂਜ਼ ਕਰ ਸਕਦੇ ਹਾਂ ਉਸ ਤੋਂ ਬਾਅਦ ਸੇਮ ਕੰਟੈਂਟ ਇਜ਼ ਡਿਲੀਵਰਡ ਐਵਰੀ ਟਾਈਮ ਇਹ ਪਹਿਲਾਂ ਵੀ ਪੜਿਆ ਆਪਾਂ ਵੀ ਹਰ ਵਾਰ ਜਿੰਨੀ ਵਾਰ ਵੀ ਵੈਬਸਾਈਟ ਨੂੰ ਲੋਡ ਕਰਾਂਗੇ ਸੇਮ ਕੰਟੈਂਟ ਹੀ ਨਜ਼ਰ ਆਏਗਾ ਪਰ ਇਹਦੇ ਵਿੱਚ ਜਿਹੜਾ ਕੰਟੈਂਟ ਆ ਉਹ ਹਰ ਵਾਰ ਚੇਂਜ ਹੁੰਦਾ ਜਾਏਗਾ ਠੀਕ ਆ ਆਈ ਹੋਪ ਤੁਹਾਨੂੰ ਕਲੀਅਰ ਆ ਦੋਨਾ ਡਿਫਰੈਂਸ ਸਟੈਟਿਕ ਤੇ ਡਾਇਨਾਮਿਕ ਚ